ਇੱਕ ਵੀ ਉਹਨਾਂ ਚੋਂ ਕਿਸਾਨ ਉਂਗਲੀ ਖੜੀ ਕਰਕੇ ਕਹਿ ਦੇਵੇ ਮੈਂ ਆਪਣੀ ਜ਼ਮੀਨ ਫ੍ਰੀ ਗੌਰਮੈਂਟ ਨੂੰ ਛੱਡ ਦਵਾਂਗਾ। 3 ਦਿਨ ਉਹਨਾਂ ਦੇ ਘਰ ਜਾਂਦੇ ਰਹੇ, ਕਾਗਜ਼ ਪੱਤਰ ਲੈ ਕੇ ਉਹਨਾਂ ਨੂੰ ਪੂਰਾ ਪੜ੍ਹਾ ਕੇ, ਉਹ ਤੋਂ ਬਾਅਦ ਉਹਨਾਂ ਨੇ ਕਾਨਫਰੰਸ ਕਰੀ। ਉੱਥੇ ਭਰਾ ਜੀ ਹੁਣ ਦੇਖੋ ਹੈਗੇ ਤਾਂ ਮੇਰੇ ਕਿਸਾਨ ਭਰਾ, ਪਰ ਉਹਦੇ ਵਿੱਚ 2-4 ਹੀ ਕਿਸਾਨ ਸੀਗੇ ਅਤੇ ਜਿਨ੍ਹਾਂ ਨੂੰ ਨਾ ਤਾਂ ਇਹ ਪਤਾ ਵੀ ਕਦੋਂ ਹਾਈ ਕੋਰਟ ਗਏ ਅਤੇ ਕਿੱਥੋਂ ਗਏ, ਕਿਹਨੇ ਪੈਸੇ ਲਾਏ, ਕਿਹਨੇ ਕੀ ਕੀਤਾ। ਦੇਖੋ ਜੀ, ਕੈਪਟਨ ਸਾਹਿਬ ਨੇ ਕਰਵਾਇਆ ਅਤੇ ਉਹਨਾਂ ਨੇ 250 ਕਰੋੜ ਰੁਪਈਆ ਪਾਉਣ ਦੀ ਅਪਰੂਵਲ ਦਿੱਤੀ ਹੋਈ ਸੀ ਅਤੇ ਫਿਰ ਜਦੋਂ ਉਹਨਾਂ ਨੇ ਪਾਰਟੀ ਛੱਡਣੀ ਸੀ, ਕਿਹੜਾ ਕਿਸੇ ਨੂੰ ਪੁੱਛ ਕੇ ਛੱਡੀ ਆ? ਸਾਡਾ ਗਲਾ ਕਿਉਂ ਘੋਟ ਕੇ ਚਲੇ ਗਏ, ਸਾਨੂੰ ਲਟਕਾ ਕੇ ਚਲੇ ਗਏ ਰੱਸੇ ਦੇ ਦਰਖਤ ਦੇ ਨਾਲ 2.5 ਸਾਲ ਵਾਸਤੇ? ਸਾਡਾ ਇਹਦੇ 'ਚ ਕੀ ਕਸੂਰ ਹੈ ਜੀ? ਪਟਿਆਲਾ ਦੇ ਵਿੱਚ NHI ਦੀ ਜ਼ਮੀਨ ਨੂੰ ਲੈ ਕੇ ਖਾਸ ਤੌਰ 'ਤੇ ਰੌਲਾ ਪੈਂਦਾ ਹੋਇਆ ਨਜ਼ਰ ਆ ਰਿਹਾ, ਕਿਉਂਕਿ ਜਦੋਂ NK ਸ਼ਰਮਾ ਕਿਸਾਨਾਂ ਦੇ ਨਾਲ ਪ੍ਰੈਸ ਕਾਨਫਰੰਸ ਕਰਦੇ ਨੇ, ਹਾਲਾਂਕਿ NK ਸ਼ਰਮਾ ਦੇ ਵੱਲੋਂ ਇਹ ਕਿਹਾ ਜਾਂਦਾ ਕਿ ਕਿਸਾਨਾਂ ਦੀ ਸਾਰ ਕੋਈ ਨਹੀਂ ਲੈ ਰਿਹਾ ਸੀ, ਲੇਕਿਨ ਮੈਂ ਇਹ ਜ਼ਿੰਮਾ ਚੱਕਿਆ ਔਰ ਮੈਂ ਇਸ ਨੂੰ ਸਿਰੇ ਤੱਕ ਲੈ ਕੇ ਜਾਊਂਗਾ। ਲੇਕਿਨ 1 ਹਫ਼ਤੇ ਦਾ ਸਮਾਂ ਵੀ ਪ੍ਰਸ਼ਾਸਨ ਨੂੰ ਦਿੱਤਾ ਸੀ ਕਿ 1 ਹਫ਼ਤੇ ਦੇ ਵਿੱਚ ਪ੍ਰਸ਼ਾਸਨ ਜਿਹੜਾ ਉਹ ਜਵਾਬ ਦੇਵੇ, ਲੇਕਿਨ ਉਸ ਤੋਂ ਪਹਿਲਾਂ ਪ੍ਰਨੀਤ ਕੌਰ ਨੇ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ। ਉਸ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਕਿਹਾ ਕਿ ਮੈਂ ਇਸ ਪੂਰੇ ਮਾਮਲੇ ਨੂੰ ਲੈ ਕੇ ਕੇਂਦਰ ਤੱਕ ਵੀ ਗਈ ਸੀ, ਗਡਕਰੀ ਨਾਲ ਮੀਟਿੰਗ ਵੀ ਕਰਾਈ, ਲੇਕਿਨ ਪੰਜਾਬ ਸਰਕਾਰ ਨੇ ਪੂਰਾ ਮਾਮਲਾ ਰੋਕਿਆ। ਲੇਕਿਨ ਜਦੋਂ ਜ਼ਮੀਨ ਦੀ ਗੱਲ ਹੈ, ਜਦੋਂ ਸੜਕ ਦੀ ਗੱਲ ਹੈ, ਤਾਂ ਅੱਜ ਸੜਕ ਅਤੇ ਜ਼ਮੀਨ ਦੋਨਾਂ ਦੇ ਵਿੱਚ ਮੌਜੂਦ ਹਾਂ, ਜਿੱਥੇ ਇਸ ਮਸਲੇ ਨੂੰ ਜਾਣਨ ਦੀ ਜਿਹੜੀ ਹੈ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਇਸ ਦੇ ਉੱਪਰ ਸਿਆਸਤ ਕਰ ਕੌਣ ਰਿਹਾ, ਕਿਉਂਕਿ ਇਲਜ਼ਾਮ NK ਸ਼ਰਮਾ 'ਤੇ ਵੀ ਲੱਗੇ ਅਤੇ ਇਲਜ਼ਾਮ ਹੁਣ ਪ੍ਰਨੀਤ ਕੌਰ 'ਤੇ ਵੀ ਲੱਗ ਰਹੇ ਨੇ। ਲੇਕਿਨ ਹੁਣ ਜਦੋਂ ਕਿਸਾਨ ਸਾਡੇ ਨਾਲ ਮੌਜੂਦ ਨੇਗੇ ਔਰ ਉਸ ਜ਼ਮੀਨ 'ਤੇ ਮੌਜੂਦ ਆ, ਚਮਾਰਹੇੜੀ ਪਿੰਡ ਦੇ ਕੋਲ ਮੌਜੂਦ ਆ, ਜਿੱਥੋਂ ਇਹ ਨੈਸ਼ਨਲ ਹਾਈਵੇ ਜਿਹੜਾ ਉਹ ਨਿਕਲਣਾ ਹੈਗਾ ਔਰ ਇਹਨਾਂ ਦੀ ਜ਼ਮੀਨ ਜਿਹੜੀ ਆ ਇਸ ਰਸਤੇ ਦੇ ਵਿੱਚ ਆਉਂਦੀ ਹੈਗੀ ਆ ਔਰ ਇਸਦੇ ਆਸ ਪਾਸ ਜਿਹੜੇ ਸ਼ੋਰੂਮ ਵੀ ਹੈਗੇ ਨੇ। ਕਿਸਾਨਾਂ ਦਾ ਇਹ ਕਹਿਣਾ ਕਿ ਜਿਹੜੇ ਸ਼ੋਰੂਮ ਨੇ ਜ਼ਮੀਨਾਂ ਖਰੀਦੀਆਂ ਨੇ ਉਹ ਮਹਿੰਗੇ ਰੇਟ ਦੇ ਵਿੱਚ ਖਰੀਦੀਆਂ ਨੇਗੀਆਂ, ਲੇਕਿਨ ਸਾਨੂੰ ਸਰਕਾਰ ਉਹ ਰੇਟ ਵੀ ਜਿਹੜੀ ਆ ਉਹ ਨਹੀਂ ਦੇ ਰਹੀ ਹੈਗੀ ਆ। ਮਲਕੀਤ ਸਿੰਘ ਜੀ ਸਾਡੇ ਨਾਲ ਮੌਜੂਦ ਨੇਗੇ। ਮਲਕੀਤ ਜੀ, ਆ ਜ਼ਮੀਨ 'ਤੇ ਵੀ ਖੜੇ ਹਾਂ, ਸੜਕ 'ਤੇ ਵੀ ਖੜੇ ਹਾਂ, ਪਹਿਲਾਂ ਤਾਂ ਸਿਆਸੀ ਲਾਹ ਕੌਣ ਲੈ ਰਿਹਾ ਜੀ? ਕਿਉਂਕਿ ਪ੍ਰਨੀਤ ਕੌਰ ਨੇ ਸਿੱਧੇ ਤੌਰ 'ਤੇ ਕਿਹਾ ਕਿ NK ਸ਼ਰਮਾ ਸਿਆਸਤ ਜਿਹੜੀ ਸਿਆਸੀ ਲਾਹ ਲੈ ਰਹੇ ਨੇਗੇ, ਜਿਸ ਕਰਕੇ ਉਹ ਇਸ ਤਰੀਕੇ ਦਾ ਮੁੱਦਾ ਪਟਕਾ ਰਹੇ। ਨਹੀਂ ਜੀ, ਉਹ ਬਿਲਕੁਲ ਗਲਤ ਹੈ ਦਮਨ ਜੀ, ਕਿਉਂਕਿ ਅਸੀਂ ਤਾਂ ਸਾਰੀਆਂ ਪਾਰਟੀਆਂ ਕੋਲ ਗਏ, ਸਾਰੀਆਂ ਪਾਰਟੀਆਂ ਨੇ ਜਦੋਂ ਨਾ ਸਾਨੂੰ ਕੋਈ ਹੱਥ ਪੱਲਾ ਫੜਾਇਆ ਤਾਂ ਅਸੀਂ ਖੁਦ ਗਏ NK ਸ਼ਰਮਾ ਜੀ ਕੋਲ। ਉਹਨਾਂ ਨੇ ਕਿਹਾ ਵੀ ਬਈ ਇਸ ਤਰ੍ਹਾਂ ਮੈਂ ਤੁਹਾਡੀ ਕਾਨਫਰੰਸ ਨਹੀਂ ਕਰੂੰਗਾ, ਉਹ ਤੁਸੀਂ ਆਪਣਾ ਪਹਿਲਾਂ ਪੂਰਾ ਕਾਗਜ਼ ਪੱਤਰ ਲੈ ਕੇ ਆਓ ਅਤੇ ਮੈਂ ਅੱਗੇ ਜਵਾਬ ਵੀ ਦੇਣਾ, ਮੈਨੂੰ ਪਾਰਟੀਆਂ ਐਲੀਗੇਸ਼ਨ ਲਾਉਣਗੀਆਂ ਵੀ ਤੁਸੀਂ ਰੋਟੀਆਂ ਸੇਕ ਦਿਓ। ਅਤੇ ਉਹੀ ਉਹਨਾਂ ਪਰ ਹੋ ਗਿਆ ਜੀ। ਅਸੀਂ ਤਿੰਨ ਦਿਨ ਉਹਨਾਂ ਦੇ ਘਰ ਜਾਂਦੇ ਰਹੇ, ਕਾਗਜ਼ ਪੱਤਰ ਲੈ ਕੇ ਉਹਨਾਂ ਨੂੰ ਪੂਰਾ ਪੜ੍ਹਾ ਕੇ, ਉਹ ਤੋਂ ਬਾਅਦ ਉਹਨਾਂ ਨੇ ਕਾਨਫਰੰਸ ਕਰੀ। ਤੁਸੀਂ ਕਹਿੰਦੇ 24 ਪਿੰਡਾਂ ਨੇ ਵਿਰੋਧ ਵੀ ਕੀਤਾ ਸੀ, ਲੇਕਿਨ ਉਹਨਾਂ ਦੇ ਨਾਲ ਪਿੰਡ ਵਾਸੀ ਵੀ ਸੀਗੇ ਜੀ, ਆਸ ਪਾਸ ਦੇ ਪਿੰਡ ਸੀਗੇ, ਜੱਸੋਵਾਲ ਦੇ ਪਿੰਡ ਦੇ ਲੋਕ ਸੀਗੇ, ਉਹ ਕਹਿੰਦੇ ਅਸੀਂ ਕੋਈ ਵਿਰੋਧ ਨਹੀਂ ਕੀਤਾ, ਪ੍ਰਨੀਤ ਕੌਰ ਨੇ ਤਾਂ ਸਾਡਾ ਨੁਮਾਇੰਦਗੀ ਬੜੇ ਅੱਛੇ ਢੰਗ ਦੇ ਨਾਲ ਕੀਤੀ, ਉਹਨਾਂ ਨੇ ਸ਼ੁਕਰੀਆ ਦਾ ਵੀ ਕੀਤਾ। ਅਸੀਂ ਉਸ ਚੀਜ਼ ਨੂੰ ਦਮਨ ਜੀ ਨਕਾਰਦੇ ਨਹੀਂ ਵੀ ਮਹਾਰਾਣੀ ਪ੍ਰਨੀਤ ਕੌਰ ਨੇ ਸਾਡਾ ਕੰਮ ਸਾਨੂੰ ਜਵਾਬ ਦਿੱਤਾ, ਪਰ ਉਹ ਸਾਨੂੰ ਲੈ ਕੇ ਗਏ ਨਿਤਿਨ ਗਡਕਰੀ ਜੀ ਕੋਲ। ਉਹ ਕਿਵੇਂ ਲੈ ਕੇ ਗਏ? ਅਸੀਂ ਵੀ ਉਹਨਾਂ ਦੇ ਪਰਿਵਾਰ ਨੂੰ 5 ਵਾਰ ਵੋਟਾਂ ਸਾਡੇ ਇਲਾਕੇ ਨੇ ਪਾ ਚੁੱਕੇ ਨੇ, ਕਿਉਂਕਿ 2 ਵਾਰ ਪਹਿਲਾਂ ਕੈਪਟਨ ਸਾਹਿਬ ਮੁੱਖ ਮੰਤਰੀ ਰਹਿ ਚੁੱਕੇ ਨੇ, 3 ਵਾਰ ਮਹਾਰਾਣੀ ਪ੍ਰਨੀਤ ਕੌਰ ਰਹਿ ਚੁੱਕੇ ਨੇ। ਅਤੇ ਪਰ ਉਸ ਟਾਈਮ ਸਾਨੂੰ ਉੱਥੇ ਸਮਝ ਆ ਗਈ ਵੀ ਇਹ ਡਰੇ ਨਹੀਂ ਹੋ ਸਕਦਾ, ਜਦੋਂ 3D ਹੋ ਜਾਵੇ ਜੀ ਉਹ ਤੋਂ ਬਾਅਦ ਉਹ ਇਹ ਲਾਅ ਹੈਗਾ ਆਪਣੇ ਹਿੰਦੁਸਤਾਨ ਦੇ ਵਿੱਚ ਵੀ ਉਹ ਕੈਂਸਲ ਨਹੀਂ ਹੋ ਸਕਦਾ, ਪਰ ਉੱਥੇ ਸਾਨੂੰ ਥੋੜ੍ਹਾ ਜਿਹਾ ਪਰਦੇ 'ਚ ਰੱਖਿਆ ਜਾਂਦਾ ਸੀ ਵੀ ਕੈਂਸਲ ਕਰ ਦਈਏ, ਕਰਵਾ ਦਈਏ ਜਾਂ ਇੱਦਾਂ ਕਰਵਾ ਦਈਏ ਜਾਂ ਇੱਦਾਂ ਕਰਵਾ ਦਈਏ। ਉਹ ਨਹੀਂ, ਉਹ ਸਹੀ ਨਹੀਂ ਸੀ ਕੰਮ, ਫਿਰ ਅਸੀਂ ਸਮਝ ਆ ਗਈ ਸਾਨੂੰ, ਫਿਰ ਅਸੀਂ ਹਾਈ ਕੋਰਟ ਗਏ। ਪਰ ਜਿਹੜੇ ਤੁਹਾਡੇ ਕਿਸਾਨ ਭਰਾਵਾਂ ਦਾ ਕਹਿਣਾ ਸੀਗਾ ਉਹ ਕਿੰਨਾ ਕੁ ਸੱਚ ਸੀਗਾ ਉਸ ਦੇ ਵਿੱਚ? ਉੱਥੇ ਭਰਾ ਜੀ ਹੁਣ ਦੇਖੋ ਹੈਗੇ ਤਾਂ ਮੇਰੇ ਕਿਸਾਨ ਭਰਾ, ਪਰ ਉਹਦੇ ਵਿੱਚ 2-4 ਹੀ ਕਿਸਾਨ ਸੀਗੇ ਅਤੇ ਜਿਨ੍ਹਾਂ ਨੂੰ ਨਾ ਤਾਂ ਇਹ ਪਤਾ ਵੀ ਕਦੋਂ ਹਾਈ ਕੋਰਟ ਗਏ ਅਤੇ ਕਿੱਥੋਂ ਗਏ, ਕਿਹਨੇ ਪੈਸੇ ਲਾਏ, ਕਿਹਨੇ ਕੀ ਕੀਤਾ। ਇੱਕ ਵੀ ਉਹਨਾਂ 'ਚੋਂ ਕਿਸਾਨ ਉਂਗਲੀ ਖੜੀ ਕਰਕੇ ਕਹਿ ਦੇਵੇ ਮੈਂ ਆਪਣੀ ਜ਼ਮੀਨ ਫ੍ਰੀ ਗੌਰਮੈਂਟ ਨੂੰ ਛੱਡ ਦਾਂਗਾ।
ਤੇ ਜਿਹੜਾ ਉਹ ਸਾਡਾ ਭਰਾ ਇੱਕ ਬੋਲ ਰਿਹਾ ਸੀ ਸਾਡਾ ਕਿਸਾਨ ਵੀਰ ਵੀ ਸਾਡੇ ਜੀ ਗੌਰਮੈਂਟ ਕਲੈਕਟਰੇਟ 3 ਗੁਣਾ ਦਿੰਦੀ ਹੁੰਦੀ ਆ, ਉਸ ਮੇਰੇ ਵੀਰ ਦੇ ਪਿੰਡ ਦਾ ਰੇਟ 9 ਲੱਖ ਰੁਪਈਆ ਜੀ, ਅਤੇ ਉਹਨੇ ਜੇ ਦੇਣੀ ਹੈ ਜ਼ਮੀਨ ਗੌਰਮੈਂਟ ਨੂੰ ਕਲੈਕਟਰੇਟ 'ਤੇ ਤਾਂ ਉਹ 27 ਲੱਖ ਰੁਪਈਏ 'ਚ ਦੇ ਦੇਵੇ, ਬਾਕੀ 500 ਪਰਿਵਾਰਾਂ ਦਾ ਤਾਂ ਨਾ ਵਿਹੜਾ ਗਰਕ ਕਰੇ ਜੀ। ਜਦੋਂ ਉਹਨਾਂ ਨੂੰ ਪਤਾ ਹੀ ਨਹੀਂ, ਨਾ ਉਹ ਹਾਈ ਕੋਰਟ ਗਏ, ਨਾ ਉਹਨਾਂ ਨੇ ਲੋਅ ਪੜ੍ਹਿਆ, ਨਾ ਚੰਗੀ ਤਰ੍ਹਾਂ ਵਰਤਿਆ, ਨਾ ਦੇਖਿਆ, ਨਾ ਕਿਸੇ ਨੂੰ ਪੁੱਛਿਆ, ਉੱਦਾਂ ਇਕੱਠੇ ਹੋ ਕੇ ਕਾਨਫਰੰਸ ਕਰ ਲਈ। ਜਲਦਬਾਜ਼ੀ 'ਚ ਹੋਊਗੀ ਪ੍ਰੈਸ ਕਾਨਫਰੰਸ, ਮੁੱਦੇ 'ਤੇ ਪੂਰਾ ਧਿਆਨ ਨਹੀਂ ਸੀਗਾ। ਬਿਲਕੁਲ ਜਲਦਬਾਜ਼ੀ 'ਚ ਹੋਈ ਹੈ ਜੀ, ਉਹਨਾਂ ਨੂੰ ਇਕੱਲੇ ਨੂੰ ਮੇਰੇ ਸਾਹਮਣੇ ਬਿਠਾਓ, ਮੈਂ ਪੁੱਛੂੰਗਾ ਵੀ ਤੁਸੀਂ ਕਿੱਥੇ ਤੱਕ ਗਏ ਹੋ, ਕੀ ਪਤਾ ਤੁਹਾਨੂੰ। ਉਹ ਇੱਕ ਵਾਰੀ ਜ਼ਰੂਰ ਸਾਡੇ ਕੋਲ ਦਿੱਲੀ ਗਏ ਨੇ, ਉਹ ਅਸੀਂ ਇਨਕਾਰਦੇ ਨਹੀਂ। ਮਹਾਰਾਣੀ ਪ੍ਰਨੀਤ ਕੌਰ ਸਾਨੂੰ ਉਹੀ ਲੈ ਕੇ ਗਏ ਸੀ, ਅਤੇ 2-3 ਮਹੀਨੇ ਬਾਅਦ 4 ਮਹੀਨੇ ਬਾਅਦ 6 ਮਹੀਨੇ ਬਾਅਦ ਜਦੋਂ ਸਾਡੇ ਸਮਝ ਆ ਗਈ ਵੀ ਇੱਥੋਂ ਕੰਮ ਨਹੀਂ ਬਣਨਾ, ਉਹ ਸਾਡੇ 'ਤੇ ਰੋਹ ਪਾਉਣ ਲੱਗ ਗਿਆ ਵੀ ਇਹ ਤਾਂ ਜੀ ਮੈਂ ਹੀ ਕਰਾ ਸਕਦਾ, ਮੈਂ ਨਹੀਂ ਤੁਹਾਨੂੰ ਮਹਾਰਾਣੀ ਕੋਲ ਲੈ ਕੇ ਜਾ। ਉਹਨਾਂ ਨੇ ਉਹ ਵੀ ਕਹੀ ਕਿ ਕਹਿੰਦੇ ਅਸੀਂ ਤਾਂ ਕਰਾਤਾ ਸੀ ਪੰਜਾਬ ਸਰਕਾਰ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਹੁੰਦੀ ਸੀ, ਅਸੀਂ ਕਰਾਤਾ ਸੀਗਾ, ਲੇਕਿਨ ਜਦੋਂ ਚਰਨਜੀਤ ਸਿੰਘ ਚੰਨੀ ਸੱਤਾ ਦੇ ਵਿੱਚ ਆ ਗਏ ਤਾਂ ਉਹਨਾਂ ਨੇ ਇਹ ਫਾਈਲ ਕਿਤੇ ਨਾ ਕਿਤੇ ਰੁਕੀ ਉਹਨਾਂ ਦੇ ਵੱਲੋਂ। ਉਸ ਤੋਂ ਬਾਅਦ ਭਗਵੰਤ ਮਾਨ ਦੀ ਸਰਕਾਰ ਆ ਗਈ ਤਾਂ ਉਹਨਾਂ ਨੇ ਵੀ ਇਹ ਫਾਈਲ 2 ਸਾਲ ਤੋਂ ਜਿਹੜੀ ਉਹ ਲਮਕਾਈ ਹੋਈ ਹੈ। ਦੇਖੋ ਜੀ, ਕੈਪਟਨ ਸਾਹਿਬ ਨੇ ਕਰਵਾਇਆ ਅਤੇ ਉਹਨਾਂ ਨੇ 250 ਕਰੋੜ ਰੁਪਈਆ ਪਾਉਣ ਦੀ ਅਪਰੂਵਲ ਦਿੱਤੀ ਹੋਈ ਸੀ, ਅਤੇ ਫਿਰ ਜਦੋਂ ਉਹਨਾਂ ਨੇ ਪਾਰਟੀ ਛੱਡਣੀ ਸੀ, ਕਿਹੜਾ ਕਿਸੇ ਨੂੰ ਪੁੱਛ ਕੇ ਛੱਡੀ ਆ, ਅਤੇ ਸਾਨੂੰ ਸਾਡਾ ਗਲਾ ਕਿਉਂ ਘੋਟ ਕੇ ਚਲੇ ਗਏ, ਸਾਨੂੰ ਲਟਕਾ ਕੇ ਚਲੇ ਗਏ ਰੱਸੇ 'ਤੇ ਦਰਖਤ ਦੇ ਨਾਲ 2.5 ਸਾਲ ਵਾਸਤੇ, ਸਾਡਾ ਇਹਦੇ 'ਚ ਕੀ ਕਸੂਰ ਹੈ ਜੀ। ਬਲਕਿ ਜੀ ਇਹਨੇ ਕਹਿਣਾ ਇੰਟਰਵਿਊ ਦੇਖਣ ਤੋਂ ਬਾਅਦ ਕਿ ਤੁਸੀਂ ਵੀ ਕਿਸੇ ਸਿਆਸੀ ਪਾਰਟੀ ਤੋਂ ਜਿਹੜਾ ਤਾਲੁਕ ਰੱਖਦੇ ਹੋ, ਤੁਸੀਂ ਤੁਹਾਡੇ ਕੋਈ ਹੈਗਾ ਤਾਲਮੇਲ ਸਿਆਸੀ ਪਾਰਟੀ ਦੇ ਨਾਲ? ਵੀਰ ਜੀ, ਮੈਂ ਤੁਹਾਡੇ ਮਾਧਿਅਮ ਰਾਹੀਂ ਐਲਾਨ ਕਰਦਾ, ਮੇਰੇ ਪਿੰਡ 'ਚ ਜਾ ਕੇ ਪੁੱਛ ਲਓ, ਮੈਂ ਕਦੇ ਕਿਸੇ ਸਟੇਜ 'ਤੇ ਬੈਠਿਆ ਹੋਵਾਂ, ਕਿਸੇ ਲੀਡਰ ਦੀ ਕਾਰ 'ਚ ਬੈਠਿਆ ਹੋਵਾਂ, ਜਾਂ ਕਦੇ ਕਿਸੇ ਲੀਡਰ ਦੇ ਘਰ ਜਾ ਕੇ ਚਾਹ ਪੀਤੀ ਹੋਵੇ, ਕਿਸੇ ਦੀ ਪਾਰਟੀ ਦਾ ਪ੍ਰਚਾਰ ਕੀਤਾ ਹੋਵੇ, ਮੈਂ ਆਪਣੀ ਜ਼ਮੀਨ ਗੌਰਮੈਂਟ ਨੂੰ ਫ੍ਰੀ ਦੇ ਦਾਂਗਾ ਜਿੰਨੀ ਮੇਰੀ ਆਊਗੀ। ਦੇਖੋ ਜੀ, ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਅਸੀਂ ਕਹਿੰਦੇ ਹਾਂ, ਉਹ ਸ਼ੁਰੂ ਤੋਂ ਕਹਿੰਦੇ ਆਏ ਹਾਂ, ਹੁਣ ਵੀ ਅਸੀਂ ਇਹੀ ਕਹਿੰਦੇ ਹਾਂ ਕਿ ਲੋਅ ਨੂੰ ਫੋਲੋ ਕੀਤਾ ਜਾਵੇ। ਲੋਅ ਦੇ ਅਕੋਰਡਿੰਗ ਜਿਹੜੀਆਂ ਸੇਲ ਡੀਡ ਹੋਈਆਂ ਨੇ ਪਿਛਲੇ 3 ਸਾਲ ਦੇ ਵਿੱਚ, ਅਤੇ ਜਿਹੜੇ ਰਜਿਸਟਰਡ ਸੇਲ ਐਗਰੀਮੈਂਟ ਹੋਏ ਆ, ਉਹ ਸਾਰਿਆਂ ਨੂੰ ਕੰਸਿਡਰ ਕੀਤਾ ਜਾਵੇ, ਉਹਦੇ ਅਕੋਰਡਿੰਗ ਜਿਹੜਾ ਪਿੰਡਾਂ ਦਾ ਰੇਟ ਬਣਦਾ ਉਹ ਰੇਟ ਦਿੱਤਾ ਜਾਵੇ। ਹੁਣ ਖਾਸ ਕਰਕੇ ਜੇ ਤੁਸੀਂ ਦੇਖੋ ਜੀ, ਚਮਾਰਹੇੜੀ ਦੇ ਵਿੱਚ ਜੇ ਲੋਅ ਦੇ ਅਕੋਰਡਿੰਗ ਇਹ ਚੱਲਦੇ ਨੇ ਜੀ, ਰੇਟ ਜਿਹੜਾ ਇੱਥੇ ਆਉਂਦਾ ਹੈਗਾ 2.8 ਕਰੋੜ ਆਉਂਦਾ ਬੇਸ ਰੇਟ। ਉੱਦਾਂ ਹੀ ਜੱਸੋਵਾਲ ਦਾ ਕੇਸ ਹੈ, ਉੱਦਾਂ ਹੀ ਰੌਂਗਲੇ ਦਾ ਕੇਸ ਹੈ, ਜਿੱਥੇ ਪੂਰੇ ਪ੍ਰਸ਼ਾਸਨ ਨੇ ਲੋਅ ਨੂੰ ਨਜ਼ਰਅੰਦਾਜ਼ ਕੀਤਾ ਹੋਇਆ ਜੀ। ਸਭ ਤੋਂ ਵੱਡੀ ਗੱਲ ਜਿਹੜੀ ਮੈਂ ਤੁਹਾਨੂੰ ਇਗਜ਼ਾਮਪਲ ਇੱਥੇ ਦੇਣਾ ਚਾਹਾਂਗਾ, ਤੁਸੀਂ ਆਪ ਦੇਖ ਸਕਦੇ ਹੋ, ਸਾਰੇ ਸ਼ੋਰੂਮ ਸਾਡੇ ਆਲੇ ਦੁਆਲੇ ਹੈਗੇ। ਇਹ ਸ਼ੋਰੂਮ ਦੀ ਜਿਹੜੀ ਖਰੀਦਦਾਰੀ ਹੋਈ ਸੀਗੀ 2010 'ਚ, ਸਭ ਤੋਂ ਵੱਡੀ ਇਗਜ਼ਾਮਪਲ ਤੁਹਾਨੂੰ ਮੈਂ ਦਿੰਦਾ, MG ਸ਼ੋਰੂਮ ਹੈਗਾ ਜੀ। 2010 'ਚ ਇਹ ਸ਼ੋਰੂਮ ਖਰੀਦਿਆ ਗਿਆ ਸੀਗਾ, ਐਗਰੀਕਲਚਰਲ ਜ਼ਮੀਨ ਖਰੀਦੀ ਗਈ ਸੀਗੀ, 1.5 ਕਰੋੜ ਰੁਪਏ ਏਕੜ 'ਤੇ ਖਰੀਦੀ ਗਈ ਸੀ। ਅੱਜ ਦੀ ਡੇਟ ਵਿੱਚ ਸਾਨੂੰ ਪ੍ਰਸ਼ਾਸਨ ਕਹਿੰਦਾ ਜੀ 45 ਲੱਖ ਰੁਪਏ ਤੁਹਾਨੂੰ ਅਸੀਂ ਬੇਸ ਰੇਟ ਦੇ ਰਹੇ ਹਾਂ, ਘੱਟੋ ਘੱਟ ਇਹ ਸਾਨੂੰ 15-20 ਸਾਲ ਪਿੱਛੇ ਲੈ ਕੇ ਚਲੇ ਗਏ ਨੇ ਸਮੇਂ ਦੇ ਵਿੱਚ ਜੀ। ਇਹ ਜਿਹੜਾ ਰੇਟ ਹੈਗਾ ਇਹ ਬਿਲਕੁਲ ਹੀ ਵਾਜਿਫ ਨਹੀਂ ਹੈਗਾ। ਇਸ ਰੇਟ ਦੇ ਅਕੋਰਡਿੰਗ ਜੀ ਅੱਜ ਦੇ ਟਾਈਮ ਦੇ ਵਿੱਚ ਜੇ ਅਸੀਂ ਨਾਲ ਦੇ ਏਰੀਏ ਦੇ ਵਿੱਚ ਵੀ ਜ਼ਮੀਨ ਲੈਣ ਜਾਈਏ, ਹਾਈਵੇ 'ਤੇ ਜ਼ਮੀਨ ਲੈਣ ਜਾਈਏ, ਘੱਟੋ ਘੱਟ ਇੱਥੋਂ 10-15 ਕਿਲੋਮੀਟਰ ਵੀ ਗਾਹਾਂ ਚਲੇ ਜਾਈਏ, ਉਹ ਤਾਂ ਵੀ ਰਾਜਪੁਰਾ ਆ ਜੂਗਾ ਜੀ, ਉੱਥੇ ਵੀ ਇਹ ਰੇਟ ਨਹੀਂ ਮਿਲੂ ਸਾਨੂੰ। ਇਹ ਨੋਟੀਫਿਕੇਸ਼ਨ ਦਾ ਵੀ ਜ਼ਿਕਰ ਕਰਦੇ ਸੀ ਕਿ ਵੱਧ ਕੇ ਮਿਲਦਾ, ਉਹ 2-1 ਗੁਣਾ 2 ਗੁਣਾ 3 ਗੁਣਾ 4 ਗੁਣਾ ਵੱਧ ਕੇ ਮਿਲਦਾ, ਉਹ ਕਿਹੜਾ ਨੋਟੀਫਿਕੇਸ਼ਨ ਇਸ ਨੂੰ ਲੈਣਾ? ਨੋਟੀਫਿਕੇਸ਼ਨ ਬੇਸਿਕਲੀ ਲੋਅ ਇਹ ਕਹਿੰਦਾ ਹੈਗਾ ਜੀ, ਸੋਲੇਸ਼ੀਅਮ 'ਤੇ ਫੈਕਟਰ ਐਪਲੀਕੇਬਲ ਹੁੰਦਾ ਹੈਗਾ ਜਿਹੜਾ ਵੀ ਬੇਸ ਰੇਟ ਡਿਟਰਮਿਨ ਕੀਤਾ ਜਾਵੇ ਉਹਦੇ ਉੱਪਰ। ਉਹ ਗੱਲ ਨੂੰ ਜੇ ਆਪਾਂ ਦੇਖਦੇ ਹਾਂ ਜੀ, ਸਭ ਤੋਂ ਇੰਪੋਰਟੈਂਟ ਉਹਦੇ ਵਿੱਚ ਗੱਲ ਆਉਂਦੀ ਹੈ 2016 ਦੇ ਵਿੱਚ ਜਿਹੜੀ ਐਕੁਜ਼ੀਸ਼ਨ ਕੀਤੀ ਗਈ ਹੈ ਸਰਦਨ ਬਾਈਪਾਸ ਦੀ, ਉਹਦੇ ਵਿੱਚ ਜਿਹੜੇ ਬੇਸ ਰੇਟ ਲੋਕਾਂ ਨੂੰ ਦਿੱਤੇ ਗਏ ਹੈ ਘੱਟੋ ਘੱਟ 60 ਲੱਖ ਰੁਪਏ ਬੇਸ ਰੇਟ, ਉੱਪਰਲਾ ਰੇਟ ਜਿਹੜਾ ਦਿੱਤਾ ਗਿਆ ਘੱਟੋ ਘੱਟ 2 ਕਰੋੜ ਤੱਕ ਦਿੱਤਾ ਗਿਆ ਜੀ।
ਉਹਦੇ ਉੱਪਰ ਉਹਨਾਂ ਨੇ ਫੈਕਟਰ ਵਗੈਰਾ ਐਪਲੀਕੇਬਲ ਕੀਤਾ ਸੀਗਾ। ਸਾਡੇ ਕੇਸ ਦੇ ਵਿੱਚ ਸਾਰੇ ਜਿੰਨੇ ਵੀ ਨਾਰਦਰਨ ਬਾਈਪਾਸ ਦੇ ਵਿੱਚ ਜ਼ਮੀਨ ਅਕੁਆਇਰ ਹੋ ਰਹੀ ਹੈ ਜੀ, ਉੱਥੇ ਮਿਨੀਮਮ ਰੇਟ ਇਹਨਾਂ ਨੇ 20 ਲੱਖ ਦਿੱਤਾ ਹੋਇਆ ਜੀ, ਵੱਧ ਤੋਂ ਵੱਧ 45 ਲੱਖ। ਹੁਣ 8 ਸਾਲ ਮਗਰੋਂ ਤੁਸੀਂ ਸਾਨੂੰ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਜ਼ਮੀਨਾਂ ਦੇ ਰੇਟ ਘੱਟ ਗਏ ਨੇ ਇੱਥੇ, ਇਹ ਕਿੱਦਾਂ ਦਾ ਇਨਸਾਫ ਹੋ ਰਿਹਾ ਜੀ ਸਾਡੇ ਨਾਲ? ਸਭ ਤੋਂ ਵੱਡੀ ਜਿਹੜੀ ਕਮੀ ਕਹਿ ਲਈਏ ਕਿਸ ਦੀ ਨਜ਼ਰ ਆਉਂਦੀ ਹੈ ਸਰਕਾਰ ਦੀ, ਕਿਉਂਕਿ ਸਿਆਸਤ ਇਸ ਦੇ ਉੱਪਰ ਸ਼ੁਰੂ ਹੋ ਗਈ ਆ, ਲਗਾਤਾਰ ਪੋਲੀਟੀਕਲ ਸਟੇਟਮੈਂਟਸ ਵੀ ਆਉਣਾ ਸ਼ੁਰੂ ਹੋ ਗਈਆਂ ਨੇ, ਲੇਕਿਨ ਜਦੋਂ ਤੁਸੀਂ ਕਿਸੇ ਵੀ ਸਰਕਾਰੀ ਅਫਸਰ ਕੋਲ ਜਾਂਦੇ ਹੋ, ਉਹ ਕੀ ਜਵਾਬ ਦਿੰਦਾ, ਉਸ ਦੇ ਵਿੱਚ ਕਮੀ ਕਿਹਦੀ ਲੱਗਦੀ ਹੈ, ਸਰਕਾਰ ਦੀ ਹੈ ਅਫਸਰਾਂ ਦੀ? ਦੇਖੋ ਜੀ, ਜਦ ਵੀ ਅਸੀਂ ਸਰਕਾਰੀ ਅਫਸਰਾਂ ਕੋਲ ਗਏ ਹਾਂ, ਅਸੀਂ ਸਾਰੇ ਇਕੱਠੇ ਹੋ ਕੇ ਗਏ ਹਾਂ, ਘੱਟੋ ਘੱਟ ਸਾਡੇ ਨਾਲ 30 ਤੋਂ 40 ਪਿੰਡ ਦੇ ਆਪਣਾ ਸਾਰੇ ਭਰਾ ਇਕੱਠੇ ਹੋ ਕੇ ਗਏ ਹਾਂ। ਉੱਥੇ ਸਾਰਿਆਂ ਨੇ ਸਾਨੂੰ ਇਹੀ ਕਿਹਾ ਹੈਗਾ ਜੀ, ਅਸੀਂ ਆਪਣੇ ਵੱਲੋਂ ਜਿੰਨੀ ਬੈਸਟ ਤੋਂ ਬੈਸਟ ਕੋਸ਼ਿਸ਼ ਕਰ ਸਕਦੇ ਹਾਂ ਕਰਾਂਗੇ। ਹੁਣ ਜੀ ਸਾਨੂੰ ਇਹ ਗੱਲ ਦੱਸੋ, ਜੇ ਬੈਸਟ ਤੋਂ ਬੈਸਟ ਤੁਹਾਡੀ ਕੋਸ਼ਿਸ਼ ਇਹ ਹੈਗੀ ਕਿ ਲਾਅ ਨੂੰ ਹੀ ਨਜ਼ਰਅੰਦਾਜ਼ ਕਰ ਦਿੱਤਾ ਜਾਵੇ, ਤਾਂ ਉਹ ਕਿੱਦਾਂ ਦੀ ਕੋਸ਼ਿਸ਼ ਹੈ? ਅਫਸਰ ਵੀ ਇਸ ਚੀਜ਼ ਦੇ ਲਾਅ ਨੂੰ ਨਹੀਂ ਸਮਝ ਰਹੇ? ਜੇ ਲਾਅ ਨੂੰ ਸਮਝ ਰਹੇ ਹੁੰਦੇ ਜੀ, ਜਿਵੇਂ ਮੈਂ ਤੁਹਾਨੂੰ ਕਿਹਾ, ਸਾਰਿਆਂ ਦੇ ਰੇਟ ਵੱਧ ਤੋਂ ਵੱਧ ਆਉਣੇ ਨੇ। ਜੱਸੋਵਾਲ ਪਿੰਡ ਦਾ 1 ਕਰੋੜ 80 ਲੱਖ ਰੇਟ ਆਊਗਾ, ਚਮਾਰੇੜੀ ਦਾ 2 ਕਰੋੜ 80 ਲੱਖ ਆਊਗਾ, ਰੌਂਗਲੇ ਦਾ ਰੇਟ ਉੱਪਰ ਜਾ ਰਿਹਾ ਜੀ। ਉਹਨਾਂ ਨੇ ਸਾਰੇ ਐਗਰੀਮੈਂਟ ਰਿਜੈਕਟ ਕਰਤੇ, ਐਗਰੀਮੈਂਟ ਉਹ ਵੀ ਐਗਰੀਮੈਂਟ ਰਿਜੈਕਟ ਕਰਤੇ ਜਿਹੜੇ ਐਗਜੀਕਿਊਟ ਹੋ ਚੁੱਕੇ ਨੇ। ਚਮਾਰੇੜੀ ਪਿੰਡ ਵਿੱਚ ਇਦਾਂ ਦੇ ਐਗਰੀਮੈਂਟ ਹੈਗੇ ਜਿਹੜੇ ਐਗਜੀਕਿਊਟ ਵੀ ਹੋ ਗਏ ਅੱਗੇ ਵਾਲੀ ਡੇਟ ਦੇ ਵਿੱਚ ਜਾ ਕੇ, ਉਹ ਵੀ ਰਿਜੈਕਟ ਨੇ। ਸੇਲ ਡੀਡ ਉਹ ਵੀ ਰਿਜੈਕਟ ਨੇ। ਤੁਸੀਂ ਪਿੱਛੇ ਦੇਖੋ ਜੀ, ਜਿੱਥੇ ਉਹ ਬੋਰਡ ਲੱਗਿਆ, ਘੱਟੋ ਘੱਟ ਉਹ ਇੱਥੋਂ 200 ਮੀਟਰ ਦੀ ਦੂਰੀ 'ਤੇ ਇੱਕ ਸੇਲ ਡੀਡ ਹੋਈ ਹੋਈ ਸੀਗੀ, ਉਹ ਸੇਲ ਡੀਡ ਨੂੰ ਵੀ ਇਹਨਾਂ ਨੇ ਰਿਜੈਕਟ ਕਰਤਾ। ਹੁਣ ਕਿਹੜੇ ਗਰਾਊਂਡਸ 'ਤੇ ਕਿਹੜੇ ਬੇਸਿਸ 'ਤੇ ਰਿਜੈਕਟ ਹੋ ਰਹੀਆਂ ਨੇ, 10-10 ਸਾਲ ਪੁਰਾਣੀਆਂ ਇਹਨਾਂ ਨੂੰ ਲਿਸਟ ਦਿੱਤੀਆਂ ਨੇ, ਜਿਹਦੇ ਵਿੱਚ ਸਾਰੀ ਡੀਟੇਲਸ ਦਿੱਤੀ ਗਈਆਂ ਨੇ ਕਿ ਵੀ 1 ਏਕੜ ਦੀ ਜ਼ਮੀਨ ਕਿੰਨੇ ਦੀ ਵਿਕੀ ਹੈ। ਜੇ 10 ਸਾਲ ਪਹਿਲਾਂ ਜ਼ਮੀਨ 1.5 ਕਰੋੜ ਦੀ ਵਿਕੀ, 2016 ਦੇ ਵਿੱਚ ਜੇ ਐਕੁਜ਼ੀਸ਼ਨ ਦੇ ਵਿੱਚ ਘੱਟੋ ਘੱਟ ਬੇਸ ਰੇਟ 60 ਲੱਖ ਤੋਂ ਲੈ ਕੇ 2 ਕਰੋੜ ਦੇ ਵਿੱਚ ਦਿੱਤੇ ਗਏ ਨੇ, ਹੁਣ 2024 ਦੇ ਵਿੱਚ ਜਾ ਕੇ ਪਟਿਆਲੇ ਵਿੱਚ ਰੇਟ ਕਿਵੇਂ ਘੱਟ ਗਏ ਜੀ? ਉਹ ਵੀ ਇੰਨੇ ਘੱਟ ਗਏ ਕਿ ਲੋਕਾਂ ਨੂੰ, ਮਤਲਬ ਇੰਨੇ ਜ਼ਿਆਦਾ ਘੱਟ ਹੋ ਚੁੱਕੇ ਕਿ ਨਾਲ ਦੇ ਪਿੰਡਾਂ ਵਿੱਚ ਜਾ ਕੇ ਜ਼ਮੀਨ ਨਹੀਂ ਮਿਲੂਗੀ ਲੋਕਾਂ ਨੂੰ। ਫੈਕਟਰ ਸੋਲੂਸ਼ਨ ਲਾਉਣ ਦੇ ਬਾਵਜੂਦ ਜਿਹੜੇ ਰੇਟ ਸਾਨੂੰ ਦਿੱਤੇ ਜਾ ਰਹੇ ਨੇ, ਉਹ ਐਪਲੀਕੇਬਲ ਕਰਨ ਦੇ ਬਾਅਦ ਵੀ ਜਿੰਨੇ ਕੁ ਸਾਨੂੰ ਪੈਸੇ ਮਿਲ ਰਹੇ ਨੇ, ਉਹਦੇ ਵਿੱਚ ਤਾਂ ਸਾਨੂੰ ਨਾਲ ਦੇ ਪਿੰਡਾਂ ਵਿੱਚ ਜ਼ਮੀਨ ਨਹੀਂ ਮਿਲਣੀ ਜੀ। ਮਲਕੀ ਜੀ, ਇੱਕ ਪ੍ਰੀਤ ਕੌਰ ਨੇ ਇਹ ਵੀ ਕਿਹਾ ਕਿ 2021 ਦੇ ਵਿੱਚ ਇਹ ਪੂਰਾ ਮਾਮਲਾ ਜ਼ਿਆਦਾ ਭਖਿਆ ਸੀਗਾ, ਉਸ ਸਮੇਂ ਹੀ ਜਿਹੜੀ ਸਰਕਾਰ ਬਦਲ ਗਈ। ਇਹ ਵੀ ਕਿਹਾ ਕਿ ਮੈਂ ਲੈਟਰ ਵੀ ਲਿਖੇ ਨੇ ਭਗਵੰਤ ਸਿੰਘ ਮਾਨ ਨੂੰ, ਲੇਕਿਨ ਲੈਟਰ ਦੇ ਕੋਈ ਜਵਾਬ ਨਹੀਂ ਦਿੱਤੇ, ਕਿ ਤੁਹਾਨੂੰ ਵੀ ਕੋਈ ਧਿਆਨ 'ਚ ਹੈ? ਵੀਰ ਜੀ, ਉਹ 1 ਸਾਲ ਬਾਅਦ ਲੈਟਰ ਲਿਖੇ ਨੇ, 1 ਸਾਲ ਦਾ ਸਮਾਂ ਦੱਸਿਆ ਉਹਨਾਂ ਨੇ ਵਿੱਚ ਨੂੰ। ਮੈਂ ਡਿਬੇਟ ਸੁਣੀ ਆ ਉਹਨਾਂ ਦੀ, 1 ਸਾਲ ਬੰਦਾ ਕੌਣ ਕਿਸ ਚੀਜ਼ ਦੀ ਵੇਟ ਕਰੂਗਾ ਜੀ? ਉਹ ਤਾਂ ਕਹਿੰਦੇ ਕੇਂਦਰ ਦੇਣ ਨੂੰ ਤਿਆਰ ਹੈ, ਪੰਜਾਬ ਦੇ ਵਿੱਚ ਜਿਹੜੀ ਪੰਜਾਬ ਦੀ ਸਰਕਾਰ ਨਹੀਂ ਦੇ ਰਹੀ। ਪੰਜਾਬ ਦੀ ਸਰਕਾਰ ਤੋਂ ਜੀ ਅਸੀਂ ਤਾਂ ਕੋਰਟ ਤੋਂ ਅਪਰੂਵਲ ਲਿਆ ਕੇ ਦੇਤੀ, ਹੁਣ ਇਹ ਪ੍ਰਸ਼ਾਸਨ ਦੀ ਕਮੀ ਹੈ, ਕਿਹਦੀ ਕਮੀ ਹੈ ਇਹ ਸਾਨੂੰ ਨਹੀਂ ਪਤਾ। ਇਹੀ ਤਾਂ ਸਾਡਾ ਰੌਲਾ ਹੈਗਾ ਜੀ, ਜੋ ਸਾਡਾ ਬਣਦਾ ਸਾਨੂੰ ਦਿਓ, ਫਾਲਤੂ ਸਾਨੂੰ 1 ਪੈਸਾ ਨਾ ਦਿਓ। ਇੱਕ ਹਫ਼ਤੇ ਦਾ ਸਮਾਂ ਦਿੱਤਾ ਸੀ ਕਿ ਸੰਘਰਸ਼ ਕਰਾਂਗੇ, ਨਹੀਂ ਤਾਂ ਹੁਣ ਉਹ ਸਮਾਂ ਵੀ ਲਗਭਗ ਬੀਤਣ ਆ ਗਿਆ। ਕੀ ਸੰਪਰਕ ਹੋਇਆ, ਕੋਈ ਸਰਕਾਰ ਨੇ ਸੰਪਰਕ ਕੀਤਾ, ਕੋਈ ਨੁਮਾਇੰਦਿਆਂ ਨੇ ਸੰਪਰਕ ਕੀਤਾ? ਕੋਈ ਸੰਪਰਕ ਨਹੀਂ ਹੋਇਆ ਜੀ ਹਲੇ। ਫਿਰ ਕੀ ਰਣਨੀਤੀ ਉਲੀਕੀ ਹੈ? ਹੁਣ ਅਸੀਂ ਕਮੇਟੀਆਂ ਸਾਡੀਆਂ ਆਲਰੇਡੀ ਬਣੀਆਂ ਹੋਈਆਂ ਨੇ ਜੀ, ਅਸੀਂ ਸਾਰੇ ਪਿੰਡਾਂ ਵਿੱਚ ਜਾਵਾਂਗੇ, ਜਿੰਨੇ ਪਿੰਡਾਂ ਦੀ ਜ਼ਮੀਨ ਆ ਉੱਥੇ ਆਪਣੀਆਂ ਪਾਰਟੀਆਂ ਨੂੰ ਸਮਝਾਵਾਂਗੇ। ਵੈਸੇ ਤਾਂ ਉਹ ਸਾਰੇ ਅਵੇਅਰ ਨੇ ਇਸ ਚੀਜ਼ ਦੇ ਵਿੱਚ, ਸਾਰੇ ਕਾਇਮ ਨੇ, ਵਿਹਲੇ ਹੋ ਗਏ ਸੀਜ਼ਨ ਤੋਂ। ਅਤੇ ਜਿੰਨੇ ਆ ਮੇਨ ਰੋਡ ਨੇ, ਆਪਣੀ ਆਪਣੀ ਜ਼ਮੀਨ ਜਿਹੜੀ ਮੇਨ ਰੋਡਾਂ ਨਾਲ ਲੱਗਦੀ ਆ, ਇਹਨਾਂ ਪਰ ਅਸੀਂ ਬੋਰਡ ਲਗਾਵਾਂਗੇ। ਦੂਜੀ ਗੱਲ ਜੀ, ਸਭ ਤੋਂ ਮੁੱਦੇ ਵਾਲੀ ਗੱਲ ਜਿਹੜੀ ਦੇਖਣ ਵਾਲੀ ਹੈਗੀ, ਜਿਹੜੇ ਰੇਟ ਸਾਨੂੰ ਇੱਥੇ ਦਿੱਤੇ ਜਾ ਰਹੇ ਨੇ, ਲਾਅ ਨੂੰ ਇੱਕ ਪਾਸੇ ਛੱਡ ਕੇ ਉਹਦਾ ਹੀ ਪੁੱਠਾ ਕੀਤਾ ਗਿਆ। ਇੱਕ ਪਿੰਡ ਹੈਗਾ ਬਾਕਰਪੁਰ ਕਰਕੇ, ਜ਼ੀਰਕਪੁਰ ਦੇ ਵਿੱਚ, ਮੋਹਾਲੀ ਜ਼ਿਲ੍ਹੇ ਦੇ ਵਿੱਚ ਆਉਂਦਾ ਹੈਗਾ ਜੀ। ਉੱਥੇ ਸੇਲ ਡੀਡ 3A ਨੋਟੀਫਿਕੇਸ਼ਨ ਦੇ ਬਾਅਦ ਹੋਈ ਸੀ, ਉਹ ਸੇਲ ਡੀਡ ਨੂੰ ਤਾਂ ਵੀ ਉਹਨਾਂ ਨੇ ਕੰਸਿਡਰ ਕਰਕੇ 44 ਲੱਖ ਦੇ ਰੇਟ ਨੂੰ ਚੱਕ ਕੇ 1.5 ਕਰੋੜ ਦਾ ਰੇਟ ਬਣਾਤਾ ਜੀ। ਉਹ ਲਾਅ ਦੇ ਖਿਲਾਫ਼ ਗਏ, ਸਾਡੇ ਕੇਸ ਦੇ ਵਿੱਚ ਜੀ ਪੁੱਠੇ ਰਾਜ ਦੇ ਵਿੱਚ ਲਾਅ ਦੇ ਖਿਲਾਫ਼ ਜਾ ਰਹੇ ਨੇ। ਹੁਣ ਦੱਸੋ ਵੀ ਹੱਕ ਅਸੀਂ ਕਿੱਥੋਂ ਜਾ ਕੇ ਲਈਏ?
ਸਾਡੇ ਸਾਰੇ ਜਿੰਨੇ ਵੀ ਹੱਕ ਬਣਦੇ ਨੇ ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ, ਲਾਅ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ, ਕਿਹੜੀ ਵਜ੍ਹਾ ਨਾਲ ਕੀਤਾ ਜਾ ਰਿਹਾ ਸਾਡੇ 'ਚੋਂ ਕਿਸੇ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਜੀ। ਥੋੜ੍ਹਾ ਟੈਕਨੀਕਲ ਪੁਆਇੰਟ ਸਮਝ ਦਿਓ, ਪ੍ਰਨੀਤ ਕੌਰ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਵੀ ਕਿਹਾ ਕਿ 24 ਜਾਂ 25 ਅਪ੍ਰੈਲ ਨੂੰ ਟੈਂਡਰ ਵੀ ਖੁੱਲ੍ਹੇ ਨੇ, ਉਹ ਕਿਸ ਚੀਜ਼ ਦੇ ਟੈਂਡਰ ਖੁੱਲ੍ਹੇ ਨੇ? ਕਿ ਤੁਹਾਡੀਆਂ ਜਿਹੜੀਆਂ ਨੇ ਉਹ ਜ਼ਮੀਨਾਂ ਲੈ ਲਈਆਂ ਨੇ ਜਾਂ ਤੁਹਾਡੇ ਕਾਗਜ਼ ਲੈ ਲਏ? ਦੇਖੋ ਜੀ, ਜਦ 3D ਨੋਟੀਫਿਕੇਸ਼ਨ ਹੋ ਜਾਂਦੀ ਹੈ, ਜਿਹੜੀ ਜ਼ਮੀਨ ਹੈਗੀ ਉਹ ਜਿਹੜਾ ਲਾਅ ਕਹਿੰਦਾ ਉਹ ਕਹਿੰਦਾ ਵੈਸਟ ਵਿਦ ਦ ਗਵਰਨਮੈਂਟ ਆਫ ਇੰਡੀਆ, ਉਹ ਭਾਰਤ ਸਰਕਾਰ ਦੇ ਅਧੀਨ ਹੋ ਚੁੱਕੀ ਹੈ ਸਾਡੀ ਜ਼ਮੀਨ। ਹੁਣ ਉਹਦੇ ਉੱਪਰ ਜਿਹੜਾ NHAI ਹੈਗਾ ਉਹਨਾਂ ਨੇ ਆਪਣੀ ਟੈਂਡਰ ਦੀ ਪ੍ਰੋਸੈਸ ਸ਼ੁਰੂ ਕਰਤੀ ਹੈਗੀ। ਉਹਨਾਂ ਦੇ ਜਿਹੜੇ ਟੈਂਡਰ ਹੈਗੇ ਉਹ ਜਦ ਇੱਕ ਵਾਰੀ ਉਹ ਪਾਉਂਦੇ ਨੇ, ਮਹੀਨੇ ਡੇਢ ਮਹੀਨੇ ਦਾ ਜਿੰਨਾ ਵੀ ਉਹ ਟਾਈਮ ਦਿੰਦੇ ਨੇ, ਉਹਦੇ ਬਾਅਦ ਉਹ ਟੈਂਡਰ ਨੇ ਖੁੱਲ੍ਹਣਾ ਹੀ ਖੁੱਲ੍ਹਣਾ ਜੀ। ਹੁਣ ਉਹਦੇ ਬੇਸਿਸ 'ਤੇ ਜਦ 3D ਹੋ ਚੁੱਕੀ ਹੈ, ਬੇਸ਼ੱਕ ਸਾਨੂੰ ਪੈਸੇ ਮਿਲਣ ਜਾਂ ਨਾ ਮਿਲਣ, 3D ਦੇ ਅਕੋਰਡਿੰਗ ਜ਼ਮੀਨ ਜਿਹੜੀ ਸਾਡੀ ਹੈ ਭਾਰਤ ਸਰਕਾਰ ਦੇ ਅਧੀਨ ਹੋ ਚੁੱਕੀ ਹੈ, ਕਬਜ਼ਾ ਇਹ ਤਦ ਹੀ ਲੈ ਸਕਦੇ ਜਦ ਇਹ ਸਾਡੇ ਅਕਾਊਂਟ ਦੇ ਵਿੱਚ ਪੈਸੇ ਜਮ੍ਹਾਂ ਕਰਦੇ ਨੇ। ਉਹ ਤੋਂ ਪਹਿਲਾਂ ਕਬਜ਼ਾ ਇਹਨਾਂ ਨੂੰ ਲੈਣ ਦੀ ਆਥੋਰਾਈਜੇਸ਼ਨ ਕੋਰਟ ਵੱਲੋਂ ਲਾਅ ਵੱਲੋਂ ਹੈਗੀ ਨਹੀਂ। ਪਰ ਲੱਗਦਾ ਕਿ ਇਸੇ ਉੱਪਰ ਜਿਹੜਾ ਡਿਸਟ੍ਰਿਕਟ ਰੈਵਨਿਊ ਅਫਸਰ ਹੈ ਉਸਨੇ ਉਸ ਚੀਜ਼ ਦੀ ਨੁਮਾਇੰਦਗੀ ਕੀਤੀ ਹੈ, ਦੇਖ ਕੇ ਆਇਆ ਮੌਕੇ 'ਤੇ, ਜਿਹੜਾ ਜਾਇਜ਼ਾ ਲਿੱਤਾ ਕਿ ਕੀ ਰੇਟ ਬਣਦਾ ਹੈ ਜਾਂ ਕਿਹੜੇ ਰੇਟ 'ਤੇ ਜਿਹੜੀ ਜ਼ਮੀਨਾਂ ਲਿੱਤੀ ਜਾ ਸਕਦੀਆਂ, ਕਿਉਂਕਿ ਡੇਟਾ ਤਾਂ ਉਹਨਾਂ ਨੇ ਭੇਜਣਾ ਨਾ ਸਾਰਾ ਲਈ। ਦੇਖੋ ਜੀ, ਜੇ ਉਹਨਾਂ ਨੇ ਇਹ ਚੀਜ਼ ਦਾ ਮੁਆਇਨਾ ਕੀਤਾ ਹੁੰਦਾ ਤਾਂ ਫਿਰ ਸਾਰੇ ਪਿੰਡਾਂ ਦੇ ਰੇਟ ਸਹੀ ਲੱਗ ਰਹੇ ਹੁੰਦੇ। ਜੇ ਇਹ ਗੱਲ ਹੋਈ ਹੁੰਦੀ ਤਾਂ ਉਹਨਾਂ ਨੇ ਪੂਰਾ ਇਹਦੇ ਉੱਪਰ ਆਪਣਾ ਧਿਆਨ ਦਿੱਤਾ ਹੁੰਦਾ। ਅਸੀਂ ਇਹ ਨਹੀਂ ਕਹਿੰਦੇ ਉਹਨਾਂ ਨੇ ਨਹੀਂ ਦਿੱਤਾ ਹੋਊਗਾ, ਉਹਨਾਂ ਨੇ ਆਪਣੇ ਵੱਲੋਂ ਬਹੁਤ ਵਧੀਆ ਕੰਮ ਕੀਤਾ ਹੋਣਾ, ਪਰ ਜਿਹੜੇ ਲੋਕਾਂ ਦੇ ਵਾਜਿਫ ਰੇਟ ਬਣਦੇ ਨੇ ਜੀ, ਉਹ ਰੇਟ ਤਾਂ ਲੋਕਾਂ ਨੂੰ ਮਿਲ ਨਹੀਂ ਰਹੇ। ਲਾਅ ਦੇ ਅਕੋਰਡਿੰਗ ਜਿਹੜੇ ਰੇਟ ਬਣਦੇ ਨੇ ਉਹ ਵੀ ਲੋਕਾਂ ਨੂੰ ਨਹੀਂ ਮਿਲ ਰਹੇ। ਅੱਜ ਤੋਂ ਜਿਹੜੇ 10 ਸਾਲ ਪਹਿਲਾਂ ਰੇਟ ਚੱਲ ਰਹੇ ਸੀ ਉਹ ਵੀ ਲੋਕਾਂ ਨੂੰ ਨਹੀਂ ਮਿਲ ਰਹੇ। 2016 ਦੇ ਵਿੱਚ ਜਿਹੜੇ ਐਕੁਜ਼ੀਸ਼ਨ ਦੇ ਰੇਟ ਦਿੱਤੇ ਗਏ ਉਹ ਵੀ ਲੋਕਾਂ ਨੂੰ ਨਹੀਂ ਮਿਲ ਰਹੇ, ਤਾਂ ਫਿਰ ਹੋ ਕੀ ਰਿਹਾ ਜੀ? ਸਵਾਲ ਤਾਂ ਸਾਡਾ ਹੈਗਾ ਪ੍ਰਸ਼ਾਸਨ ਵੱਲ, ਸਰਕਾਰ ਵੱਲ, ਕਿ ਜੀ ਹੋ ਕੀ ਰਿਹਾ, ਇਹ ਦੱਸਿਆ ਜਾਵੇ। ਬਿਲਕੁਲ, ਸਵਾਲ ਕਿਸਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਔਰ ਖਾਸ ਤੌਰ 'ਤੇ ਜ਼ਮੀਨ ਦਾ ਜ਼ਿਕਰ ਕੀਤਾ ਜਾ ਰਿਹਾ ਅਤੇ ਜ਼ਮੀਨ ਦੇ ਵਿੱਚ ਪਹੁੰਚੇ ਔਰ ਜ਼ਮੀਨ ਦੇ ਜਿਹੜੇ ਸਵਾਲ ਨੇ ਉਹ, ਹਾਲਾਂਕਿ ਇਹ ਵੀ ਕਹੇ ਗਏ ਨੇ ਕਿ ਇਸ ਨੂੰ ਸਿਆਸਤ ਜਿਹੜੀ ਹੈ ਇਸ ਪੂਰੇ ਮੁੱਦੇ 'ਤੇ ਨਹੀਂ ਹੋਣੀ ਚਾਹੀਦੀ। ਜਿਹੜੇ ਵਾਜਬ ਮੁੱਲ ਨੇ ਜ਼ਮੀਨ ਦੇ, ਉਹਨਾਂ ਦਾ ਜਿਹੜਾ ਬਣਦਾ ਰੇਟ ਹੈ, ਬਣਦੇ ਮਾਣ ਨੇ, ਉਹ ਤਮਾਮ ਚੀਜ਼ਾਂ ਜਿਹੜੀਆਂ ਉਹ ਦੇਣੀਆਂ ਚਾਹੀਦੀਆਂ ਨੇ। ਲੇਕਿਨ ਹਫ਼ਤੇ ਦਾ ਸਮਾਂ ਪੂਰਾ ਹੁਣ ਆ ਗਿਆ ਔਰ ਕਿਸਾਨਾਂ ਦੇ ਵੱਲੋਂ ਇਹ ਵੀ ਸਵਾਲ ਖੜਾ ਕਰ ਦਿੱਤਾ ਗਿਆ ਕਿ ਹਾਲੇ ਤੱਕ ਕੋਈ ਵੀ ਸੰਪਰਕ ਸਾਡੇ ਨਾਲ ਨਹੀਂ ਕੀਤਾ ਗਿਆ। ਇੱਕ ਵੱਡਾ ਸਵਾਲ ਹੈ ਕਿਉਂਕਿ ਜਿਹੜੇ ਚੋਣ ਨੇ, ਚੋਣਾਂ ਦੀ ਤਰੀਕ ਬੜੀ ਜਿਹੜੀ ਉਹ ਨਜ਼ਦੀਕ ਹੋ ਚੁੱਕੀ ਆ, ਵੋਟਿੰਗ ਦਾ ਸਮਾਂ ਬਹੁਤ ਨਜ਼ਦੀਕ ਆਉਣ ਵਾਲਾ, ਲੇਕਿਨ ਹਾਲੇ ਤੱਕ ਕਿਸੇ ਵੀ ਸਿਆਸਤਦਾਨ ਵੱਲੋਂ ਕਿਸਾਨਾਂ ਦੇ ਨਾਲ ਸੰਪਰਕ ਨਹੀਂ ਕੀਤਾ ਗਿਆ। ਕੈਮਰਾ ਪਰਸਨ ਰਵੀ ਜੱਬਲ ਦੇ ਨਾਲ ਦਮਪ੍ਰੀਤ ਸਿੰਘ, PTC ਨਿਊਜ਼, ਪਟਿਆਲਾ।